ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੈਲ ਯੂਐਸਏ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਚੌਣ ਦੰਗਲ ਦੇ ਵਿੱਚ ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਚੌਣ ਦੰਗਲ ਕਹਿੰਦੇ ਨੇ ਕਿ ਜੇ ਕਿਸੇ ਨੂੰ ਆਪਣੇ ਵਿਚਾਰਾਂ ਨਾਲ ਪ੍ਰਭਾਵਿਤ ਕਰਨਾ ਹੋਵੇ ਉਹਨੂੰ ਇੰਪ੍ਰੈਸ ਕਰਨਾ ਹੋਵੇ ਤਾਂ ਪਹਿਲਾਂ ਉਹਨੂੰ ਕਨਫਿਊਜ਼ ਕਰ ਦਿਓ ਫਿਰ ਉਸ ਤੋਂ ਬਾਅਦ ਆਪਣੇ ਵਿਚਾਰਾਂ ਨਾਲ ਉਹਦੀ ਸੋਚ ਨੂੰ ਆਪਣੇ ਵੱਲ ਮੋੜੋ ਹੌਲੀ ਹੌਲੀ ਉਹ ਤੁਹਾਡੇ ਵਿਚਾਰਾਂ ਦੇ ਅਸਰ ਵਿੱਚ ਆ ਜਾਊਗਾ ਫਿਰ ਉਸ ਤਰ੍ਹਾਂ ਹੀ ਕੰਮ ਕਰੋ ਜਿਸ ਨਾਲ ਤੁਸੀਂ ਉਹਦੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਇਹ ਸਾਈਕੋਲੋਜੀਕਲ ਗੇਮ ਹੈ ਮਨੋਵਿਗਿਆਨ ਹੈ ਕਿ ਦੂਜੇ ਦੇ ਦਿਮਾਗ ਨਾਲ ਦੂਜੇ ਦੀ ਸੋਚ ਨਾਲ ਕਿਵੇਂ ਖੇਡਣਾ ਤਾਂ ਇਹ ਖੇਡ ਜਾਰੀ ਹੈ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਵੱਖ-ਵੱਖ মিডিਆ ਹਾਊਸਸ ਸਰਵੇ ਦੇ ਰਹੇ ਨੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਕਿੱਥੋਂ ਕਿੰਨੀਆਂ ਸੀਟਾਂ ਲਾਊਗੀ ਕਿਹੜੀ ਸੀਟ ਦੇ ਉੱਤੇ ਕੌੜਾ ਉਮੀਦਵਾਰ ਕਿੰਨੀਆਂ ਵੋਟਾਂ ਜਿੱਤੂਗਾ ਆਪਸ ਵਿੱਚ ਮੁਕਾਬਲੇਬਾਜ਼ੀ ਕਿੱਥੇ ਫਸੂਗੀ ਇਹ ਸਾਰੀਆਂ ਗੱਲਾਂ ਕਿਹੜੀ ਸਰਕਾਰ ਬਣੂਗੀ ਕਿਹੜੀ ਪਾਰਟੀ ਕਿਹੜੀ ਪਾਰਟੀ ਨਾਲ ਮਿਲ ਕੇ ਨਵਾਂ ਸਮੀਕਰਨ ਬਣਾ ਸਕਦੀ ਹੈ 10 ਮਾਰਚ ਨੂੰ ਕਦੀ ਉਹ ਕਹਿੰਦੇ ਨੇ ਕਿ ਬੀਜੇਪੀ ਇੰਨੀਆਂ ਸੀਟਾਂ ਲਏਗੀ ਕਦੀ ਕਹਿੰਦੇ ਨੇ ਕਿ ਅਕਾਲੀਜ਼ ਇੰਨੀਆਂ ਸੀਟਾਂ ਲੈਣਗੇ ਕਦੀ ਕਾਂਗਰਸ ਦੀ ਗੱਲ ਕਰਦੇ ਨੇ ਕਦੀ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਨੇ ਕਦੀ ਸੰਯੁਕਤ ਸਮਾਜ ਮੋਰਚਾ ਦੀ ਗੱਲ ਕਰਦੇ ਨੇ ਕਦੀ ਉਹ ਕਹਿੰਦੇ ਨੇ ਕਿ ਹੋ ਸਕਦਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਸਰਕਾਰ ਬਣਾਵੇ ਕਦੇ ਕਹਿੰਦੇ ਨੇ ਕਿ ਅਕਾਲੀ ਦਲ ਵੀ ਓਨੀਆਂ ਹੀ ਸੀਟਾਂ ਲੈ ਸਕਦਾ ਹੈ ਹੋ ਸਕਦਾ ਹੈ ਅਕਾਲੀ ਦਲ ਨਾਲ ਹੱਥ ਮਿਲਾ ਲਿਆ ਜਾਵੇ ਕਈ ਵਾਰ ਕਹਿੰਦੇ ਨੇ ਕਿ ਤਿੰਨੋਂ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ ਕਈ ਵਾਰ ਕਹਿੰਦੇ ਨੇ ਕਿ 2-2 ਦਾ ਸਮੀਕਰਨ ਬਣੂਗਾ ਤੇ ਜੀ ਪਾਰਟੀ ਬਾਹਰ ਹੋ ਜਾਊਗੀ ਤੇ ਇੱਕ ਸ਼ੈਡੋ ਗਵਰਨਮੈਂਟ ਵਾਕਣ ਕੰਮ ਕਰੂਗੀ ਉਹਨਾਂ ਦੇ ਉੱਤੇ ਧਿਆਨ ਰੱਖੂਗੀ ਤੇ तमाम ਗੱਲਾਂ ਹੋ ਰਹੀਆਂ ਨੇ ਵੋਟਰਸ ਨੂੰ ਪਰਮਾਉਣ ਵਾਸਤੇ ਵੋਟਰਸ ਦੀ ਸੋਚ ਆਪਣੇ ਵੱਲ ਲਿਆਉਣ ਵਾਸਤੇ ਓਪੀਨੀਅਨਸ ਬਣਾਏ ਜਾ ਰਹੇ ਨੇ ਓਪੀਨੀਅਨ ਲੀਡਰਸ ਨੇ ਜਿਹੜੇ ਓਪੀਨੀਅਨ ਬਣਾਉਂਦੇ ਨੇ ਤੇ ਥਾਂ ਥਾਂ ਦੇ ਉੱਤੇ ਜਿਹੜੇ ਧੜੇ ਬੜੇ ਹੋਏ ਨੇ ਉਹ ਧੜਿਆਂ ਦੇ ਜਿਹੜੇ ਆਗੂ ਨੇ ਉਹ ਵੀ ਵੋਟਰਸ ਦੀ ਸੋਚ ਨੂੰ ਘਮਾਉਂਦੇ ਨੇ ਆਪਣੇ ਵੱਲ ਲਿਉਂਦੇ ਨੇ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦੀ ਰਾਜਨੀਤੀ ਧੜਿਆਂ ਦੀ ਰਾਜਨੀਤੀ ਹੈ ਇਹਦੇ ਵਿੱਚ ਅਸੀਂ ਕਈ ਵਾਰ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਨਿਗਾਰ ਆ ਰਿਹਾ ਸੋਚ ਦੇ ਵਿੱਚ ਆਦਰਸ਼ਾਂ ਦੇ ਵਿੱਚ ਕਿਉਂਕਿ ਸਕਸੈਸ ਇਟੈਨੀ ਕੋਸਟ ਕੁਝ ਵੀ ਕਰਕੇ ਤੁਸੀਂ ਜਿੱਤਣਾ ਹੈ ਵੋਟਾਂ ਲੈਣੀਆਂ ਨੇ ਤੇ ਆਉਣਾ ਹੈ ਸੱਤਾ ਦੇ ਵਿੱਚ ਤਾਂ ਇਹ ਸਭ ਸੋਚਾਂ ਚੱਲਦੀਆਂ ਪਈਆਂ ਨੇ ਔਰ ਇਸ ਵਕਤ ਵੱਖ-ਵੱਖ ਹਾਈ ਕਮਾਂਡਸ ਜਿਹੜੀਆਂ ਨੇ ਅਲੱਗ-ਅਲੱਗ ਪਾਰਟੀਆਂ ਦੀਆਂ ਜਿਹੜੀਆਂ ਦਿੱਲੀ ਵੀ ਬੈਠੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਵੀ ਬੈਠੀਆਂ ਹੋਈਆਂ ਨੇ ਕਿਉਂਕਿ ਕੁਝ ਖੇਤਰੀ ਪਾਰਟੀਆਂ ਨੇ ਕੁਝ ਰਾਸ਼ਟਰੀ ਪਾਰਟੀਆਂ ਨੇ ਤਾਂ ਜਿੱਥੇ-ਜਿੱਥੇ ਵੀ ਹਾਈ ਕਮਾਂਡਸ ਬੈਠੀਆਂ ਨੇ ਉਹ ਇਹ ਦੇਖਦੀਆਂ ਨੇ ਟਿਕਟ ਕਿਹਨੂੰ ਦੇਣਾ ਹੈ ਜਿਹੜਾ ਵੱਧ ਤੋਂ ਵੱਧ ਵੋਟਾਂ ਖਿੱਚ ਸਕੇ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਨਵਾਂ ਬੰਦਾ ਜਿਹੜਾ ਪਧਾਰਿਆ ਹੈ ਪਾਰਟੀ ਦੇ ਵਿੱਚ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਤੇ ਜਿਹੜਾ ਵਰਕਰ ਹੈ ਕਈ ਸਾਲਾਂ ਤੋਂ ਲੱਗਿਆ ਰਿਹਾ ਹੈ ਸਰਦੀਆਂ ਦੇ ਵਿੱਚ ਜਾ ਕੇ ਅੱਧੀਆਂ ਰਾਤਾਂ ਨੂੰ ਪੋਸਟਰ ਵੀ ਲਾਉਣੇ ਉਹਨੇ ਆਪਣੀਆਂ ਹੱਥਾਂ ਦੇ ਨਾਲ ਉਹਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਉਹਨੂੰ ਗੇਮ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਨਵੇਂ ਬੰਦੇ ਨੂੰ ਮੌਕਾ ਦਿੱਤਾ ਜਾਂਦਾ ਹੈ ਕਿਉਂ ਕਿਉਂਕਿ ਉਹ ਵੋਟਾਂ ਖਿੱਚ ਕੇ ਲਿਆ ਸਕਦਾ ਹੈ ਸਮੀਕਰਨ ਚੱਲਦੇ ਪਏ ਨੇ ਤੇ ਇਹ ਜਿਹੜੇ ਮੌਕਾ ਪ੍ਰਸਤ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਕਿਸੇ ਤਰ੍ਹਾਂ ਸੱਤਾ ਹਾਸਲ ਹੋ ਜਾਵੇ ਉਹ ਇੱਕ ਪਾਰਟੀ ਤੋਂ ਦੂਜੀ ਪਾਰਟੀ ਵੱਲ ਛੜੱਪਾ ਦੂਜੀ ਪਾਰਟੀ ਤੋਂ ਤੀਜੀ ਪਾਰਟੀ ਵੱਲ ਛੜੱਪਾ ਇਹ ਛੜੱਪਿਆਂ ਦੀ ਰਾਜਨੀਤੀ ਵਿੱਚ ਚੱਲਦੀ ਪਈ ਹੈ ਤਾਂ ਸਾਰੀ ਗੇਮ ਇਹ ਬਣੀ ਹੋਈ ਆ ਕਿ ਮੈਂ ਕਿਸ ਤਰ੍ਹਾਂ ਪਾਵਰ ਵਿੱਚ ਆਉਣਾ ਹੈ ਪਾਰਟੀਆਂ ਕਹਿੰਦੀਆਂ ਨੇ ਅਸੀਂ ਸੱਤਾ 'ਚ ਕਿਵੇਂ ਆਉਣਾ ਹੈ ਕਿ ਜਿਹੜੇ ਪਾਰਟੀਆਂ ਦੇ ਅੰਦਰ ਬੈਠੇ ਨੇ ਸਿਆਸੀ ਆਗੂ ਉਹ ਆਪਣੀ ਆਪਣੀ ਦਾਲ ਗਲਾਉਣੇ 'ਚ ਲੱਗੇ ਹੋਏ ਨੇ ਤੇ ਜਿਹੜੀ ਪਬਲਿਕ ਹੈ ਉਹ ਸਭ ਕੁਝ ਜਾਣਦੀ ਹੈ ਇੱਕ ਮਸ਼ਹੂਰ ਗੀਤ ਵੀ ਹੈ ਇਹ ਪਬਲਿਕ ਹੈ ਇਹ ਸਭ ਜਾਣਦੀ ਹੈ ਇਹ ਪਬਲਿਕ ਹੈ ਤਾਂ ਪਬਲਿਕ ਨੂੰ ਸਾਰੀ ਸੱਚਾਈ ਪਤਾ ਤਾਂ ਗੱਲ ਇੱਥੇ ਆਉਂਦੀ ਆ ਸਾਰੀ ਸੱਚਾਈ ਜਾਣਦੇ ਹੋਏ ਕੀ ਸੋਚੇਗਾ ਵੋਟਰ ਤੇ ਕਿਹਨੂੰ ਦੇਗਾ ਆਪਣੀ ਵੋਟ ਤੇ ਕੌਣ ਆਏਗਾ ਵੋਟਰ ਦੀ ਉਹ ਵੋਟ ਹਾਸਲ ਕਰਕੇ ਸੱਤਾ ਦੇ ਵਿੱਚ ਇਹ ਬੜੀ ਗੇਮ ਹੈ ਇਸ ਵਕਤ ਦੇਖਣ ਨੂੰ ਮਿਲਦੀ ਆ ਤਾਂ ਜਿਹੜੇ ਸਰਵੇ ਨੇ ਇਹ ਕਈ ਵਾਰ ਧਰੇ ਧਰਾਏ ਰਹਿ ਜਾਂਦੇ ਨੇ ਕਿਉਂਕਿ ਵੋਟਰ ਦੀ ਸੋਚ ਕਿਸ ਵੇਲੇ ਕਿੱਧਰ ਮੋੜਾ ਖਾ ਜਾਏ ਕਿਸੇ ਨੂੰ ਕੋਝ ਨਹੀਂ ਪਤਾ ਭਾਵੇਂ ਉਹ ਕੋਈ ਨਵੀਂ ਫਿਲਮ ਹੋਵੇ ਭਾਵੇਂ ਉਹ ਨਵੀਆਂ ਇਲੈਕਸ਼ਨਸ ਹੋਣ ਰਿਜ਼ਲਟ ਹਮੇਸ਼ਾ ਪਬਲਿਕ ਦੇ ਹੱਥ ਵਿੱਚ ਹੁੰਦਾ ਪਬਲਿਕ ਕਿਸ ਚੀਜ਼ ਨੂੰ ਪਸੰਦ ਕਰਦੀ ਆ ਕਿਸ ਚੀਜ਼ ਨੂੰ ਨਾ ਪਸੰਦ ਕਰਦੀ ਆ ਉਹਦੇ ਉੱਤੇ ਡਿਪੈਂਡ ਕਰਦਾ ਕਿ ਨਤੀਜਾ ਕੀ ਆਊਗਾ ਜਿਹੜੇ ਮਾਹਿਰ ਨੇ ਸਿਆਸਤ ਦੇ ਕੋਈ ਕਹਿੰਦਾ ਕਿ ਪੰਜ ਕੋਣਾ ਮੁਕਾਬਲਾ ਸ਼ਹਿਰਾਂ ਚ ਆ ਚਾਰ ਕੋਣਾ ਮੁਕਾਬਲਾ ਪਿੰਡਾਂ ਚ ਆ ਕਹਿੰਦਾ ਨਹੀਂ ਨਹੀਂ ਪੰਜ ਕੋਣਾ ਪਿੰਡਾਂ ਚ ਆ ਚਾਰ ਕੋਣਾ ਸ਼ਹਿਰਾਂ ਚ ਆ ਉਹ ਜਿੰਨੇ ਮਰਜ਼ੀ ਕੋਣ ਬਣਾਈ ਜਾਓ ਕੌਣ ਬਣਾਉਣ ਨਾਲ ਕਿਹੜਾ ਬਿੱਲ ਆਉਣਾ ਕਿਹੜਾ ਖਰਚਾ ਪੈਣਾ ਬਣਾਓ ਹੋਰ ਕੌਣ ਬਣਾਓ ਸੱਤ ਕੌਣ ਬਣਾ ਲਓ 10 ਕੌਣ ਬਣਾ ਲਓ ਕੌਣਾਂ ਦਾ ਕੀ ਆ ਗੱਲ ਇਹ ਹੈ ਕਿ ਪਬਲਿਕ ਵਾਸਤੇ ਵਿੱਚੋਂ ਨਿਕਲਣਾ ਕੀ ਆ ਸਿੰਪਲ ਗੱਲ ਇਹ ਆ ਕਿ ਮਾਹਿਰ ਮੰਨਦੇ ਨੇ ਕਿ ਇਸ ਵਾਰ ਜਿਹੜੀਆਂ ਪੈਂਡੂ ਖੇਤਰ ਦੀਆਂ ਵੋਟਾਂ ਨੇ ਉਹ ਪ੍ਰਭਾਵ ਪਾਉਣਗੀਆਂ ਇਲੈਕਸ਼ਨਸ ਦੇ ਉੱਤੇ ਇਹ ਪੈਂਡੂ ਖੇਤਰ ਡਿਸਾਈਡ ਕਰੂਗਾ ਕਿ ਕੌਣ ਜਿੱਤੂਗਾ ਤੇ ਕੌਣ ਹਾਰੂਗਾ ਕਿਉਂਕਿ ਇਸ ਵਕਤ ਸਮੀਕਰਨ ਇਹ ਨਹੀਂ ਬਣਿਆ ਹੋਇਆ ਕਿ ਕਿਨੂੰ ਕਿੰਨੀਆਂ ਵੋਟਾਂ ਮਿਲਣਗੀਆਂ ਇਸ ਵਕਤ ਸਮੀਕਰਨ ਇਹ ਬਣਿਆ ਹੋਇਆ ਹੈ ਕੌਣ ਕਿਦੀਆਂ ਵੋਟਾਂ ਕੱਟੂਗਾ ਤੇ ਆਪਣੇ ਵੱਲ ਲੈ ਕੇ ਜਾਊਗਾ ਤਾਂ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਏ ਜਿਹੜੇ ਸਿਆਸੀ ਮਾਹਰ ਨੇ ਉਹ ਇਸ ਵਕਤ ਕਹਿੰਦੇ ਨੇ ਬਈ ਸਾਡੇ ਹੱਥ ਖੜੇ ਨੇ ਸਾਨੂੰ ਆਖਣੇ ਪਤਾ ਕਿ ਹੋਣਾ ਕੀ ਹੈ ਫਿਰ ਫਿਰ ਵੀ ਉਹ ਕੌਣ ਜ਼ਰੂਰ ਬਣਾਈ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਕੰਮ ਹੈ ਨਾ ਕੋਈ ਨਾ ਕੋਈ ਕੰਮ ਤੇ ਕਰਨਾ ਹੀ ਹੋਇਆ ਕਿਉਂਕਿ ਵਿਹਲੇ ਥੋੜਾ ਰਹਿਣਾ ਅਵੇਸ਼ਾ ਬਿਜ਼ੀ ਰਹਿਣਾ ਇਸ ਕਰਕੇ ਕੋਣ ਬਣਾਓ ਸਮੀਕਰਨ ਬਣਾਓ ਤਾਂ ਪਿੰਡੂ ਖੇਤਰ ਦੀਆਂ ਵੋਟਾਂ ਜਿਹੜੀਆਂ ਨੇ ਉਹ 117 ਸੀਟਾਂ ਵਿੱਚੋਂ 90 ਸੀਟਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਪਾ ਸਕਦੀਆਂ ਨੇ ਇਹ ਕਹਿ ਰਹੇ ਨੇ ਸਿਆਸੀ ਮਾਹਿਰ ਤੇ ਇਸ ਕਰਕੇ ਜਿੱਤਣ ਵਾਲੀ ਜੋ ਸਥਿਤੀ ਹੈ ਉਹਨਾਂ ਲੋਕਾਂ ਦੀ ਹੈ ਜਿਹੜੀ ਪਿੰਡੂ ਵੋਟ ਨੂੰ ਆਪਣੇ ਵੱਲ ਤੋੜ ਕੇ ਮੋੜ ਕੇ ਲਿਆਂ ਵਿੱਚ ਕਾਮਯਾਬ ਹੋ ਸਕਦੇ ਨੇ ਇੱਕ ਹੋਰ ਚੀਜ਼ ਹੋਰ ਕਹੀ ਜਾਂਦੀ ਹੈ ਪੰਜਾਬ ਦੀਆਂ ਇਲੈਕਸ਼ਨਸ ਬਾਰੇ ਕਿ ਜਿਹੜਾ ਸਾਡਾ ਮਾਲਵਾ ਖੇਤਰ ਹੈ ਮਾਝਾ ਦੁਆਬਾ ਸਾਰੀਆਂ ਖੇਤਰਾਂ ਦੀਆਂ ਵੋਟਾਂ ਇੰਪੋਰਟੈਂਟ ਨੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਪਰ ਜਿਹੜਾ ਮਾਲਵੇ ਦਾ ਖੇਤਰ ਹੈ ਨਾ ਉਥੋਂ ਦਾ ਜਿਹੜਾ ਜੇਤੂ ਹੁੰਦਾ ਜਾਂ ਉਥੋਂ ਦੀ ਜਿਹੜੀ ਪਾਰਟੀ ਜਿੱਤਦੀ ਹੈ ਤਾਂ ਸਮੀਕਰਨ ਇਹ ਬਣਦਾ ਹੈ ਕਿ ਉਹੀ ਸੱਤਾ ਦੇ ਵਿੱਚ ਕਾਬਜ਼ ਹੋ ਕੇ ਆਪਣੀ ਸਰਕਾਰ ਬਣਾਉਦੀ ਆ ਪਰ ਇਸ ਵਕਤ ਜੋ ਮਾਹਿਰ ਮੰਨਦੇ ਨੇ ਕਿ ਕਿਸੇ ਵੀ ਪਾਰਟੀ ਨੂੰ ਸੰਪੂਰਨ ਬਹੁਮਤ ਨਹੀਂ ਮਿਲਣ ਵਾਲਾ ਹੰਗ ਪਾਰਲੀਮੈਂਟ ਦੇ ਜ਼ਿਆਦਾ ਚਾਂਸਸ ਨੇ ਤਾਂ ਫਿਰ ਉਸ ਵੇਲੇ ਕੀ ਸਮਿਕਰਣ ਬਣੂ ਕਿਹੜਾ ਮਿਲਗੋਬਾ ਬਣੂ ਕਿਹੜੀ ਮਿਕਸ ਵੈਜੀਟੇਬਲ ਬਣੂ ਜਿਹੜੇ ਪੰਜਾਬ ਦੇ ਲੋਕਾਂ ਨੂੰ ਖਾਣੀ ਪਾਉ ਆਉਣ ਵਾਲੇ 5 ਸਾਲਾਂ ਤੱਕ ਕੁਝ ਨਹੀਂ ਕਹਿ ਸਕਦੇ ਤੇ ਐਦਾਂ ਦੀ ਸਰਕਾਰ 5 ਸਾਲ ਕੱਢੂਗੀ ਕਿ ਨਹੀਂ ਕੱਢੂਗੀ ਇਹ ਵੀ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਬੜਾ ਸੈਂਸਿਟਿਵ ਮਾਹੌਲ ਬਣਿਆ ਹੋਇਆ ਤੇ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਧਿਆਨ ਚ ਰੱਖਣੀ ਚਾਹੀਦੀ ਹੈ ਇਹ ਸਥਿਤੀ ਧਿਆਨ ਚ ਰੱਖਣੀ ਚਾਹੀਦੀ ਆ ਕਿ ਹੋ ਸਕਦਾ ਕਿ ਕਿਸੇ ਵੀ ਪਾਰਟੀ ਨੂੰ ਬਹੁਮਤ ਨਾ ਮਿਲੇ ਤਾਂ ਉਹਨਾਂ ਨੂੰ ਮਿਕਸ ਵੈਜੀਟੇਬਲ ਖਾਣੀ ਪਵੇ ਇਸ ਕਰਕੇ ਸੋਚ ਸਮਝ ਕੇ ਵੋਟ ਦਈਏ ਨਹੀਂ ਤਾਂ ਫਿਰ ਅਗਲੇ 5 ਸਾਲ ਬਰਬਾਦ ਹੋ ਸਕਦੇ ਨੇ ਤੇ ਜੇ ਖੁਦਾ ਨਾ ਖਾਸਾ ਇਹ ਜਿਹੜੀਆਂ ਪਾਰਟੀਆਂ 10 ਮਾਰਚ ਨੂੰ ਸਾਹਮਣੇ ਆਉਣਗੀਆਂ ਮਿਲ ਕੇ ਸਰਕਾਰ ਬਣਾਉਣਗੀਆਂ ਜੇ ਇਹ 5 ਸਾਲਾਂ ਤੱਕ ਨਾ ਚਲਾ ਸਕੀਆਂ ਸਰਕਾਰ ਤਾਂ ਫਿਰ ਕੀ ਹੋਊਗਾ ਦੁਬਾਰਾ ਤੋਂ ਇਲੈਕਸ਼ਨ ਨਾ ਨਾ ਭਈ ਤੌਬਾ ਕੰਨਾਂ ਨੂੰ ਹੱਥ ਲਾਓ ਦੁਬਾਰਾ ਇਲੈਕਸ਼ਨ ਨਹੀਂ ਫਿਰ ਤੋਂ ਇਹ ਸਾਰੀ ਐਕਸਰਸਾਈਜ਼ ਕਰਨੀ ਪਾਉਗੀ ਫਿਰ ਤੋਂ ਇਹ ਸਭ ਕੁਝ ਸੁਣਨਾ ਪਾਉਗਾ ਫਿਰ ਤੋਂ ਇਹ ਸਭ ਕੁਝ ਕਹਿਣਾ ਪਾਉਗਾ ਫਿਰ ਤੋਂ ਸਮੇਕਰਨ ਵਧਣਗੇ ਖਰਚੇ ਕੌਣ ਚੱਕੂ ਅੱਗੇ ਹੀ ਬੜੇ ਜ਼ਿਆਦਾ ਕਰਜ਼ੇ ਚੜੇ ਹੋਏ ਨੇ ਪੰਜਾਬ ਦੇ ਉੱਤੇ ਇਲੈਕਸ਼ਨਸ ਦਾ ਬੋਝ ਹੋਰ ਦੂਜੀ ਵਾਰ ਕਦੀ ਵੀ ਨਹੀਂ ਇਸ ਕਰਕੇ ਰੱਬ ਦੇ ਅੱਗੇ ਅਰਦਾਸ ਹੈ ਭਈ ਕੁਝ ਨਾ ਕੁਝ ਐਸਾ ਬਣੇ ਕਿ ਅਗਲੇ 5 ਸਾਲਾਂ ਵਿੱਚ ਹੋਰ ਬਿਹਤਰ ਹੋਰ ਬਿਹਤਰ ਹੋ ਹੀ ਜਾਵੇ ਹੰਗ ਪਾਰਲੀਮੈਂਟ ਦਾ ਪਤਾ ਨਹੀਂ ਉਹ ਸਿਆਸਤ ਵਾਲੇ ਜਿਹੜੇ ਮਾਹਿਰ ਨੇ ਉਹ ਕਹਿੰਦੇ ਨੇ ਤੇ ਇਹ ਵੀ ਕਹਿੰਦੇ ਨੇ ਕਿ ਪਤਾ ਨਹੀਂ ਇਹ ਜਿਹੜੀ ਸਰਕਾਰ ਬਣੂਏ ਅਗਲੇ 5 ਸਾਲ ਕੱਢੂ ਵੀ ਕੇ ਨਾ ਕੱਢੂ ਇਹ ਵੀ ਰੱਬ ਮਿਹਰ ਕਰੇ ਜ਼ਰੂਰ ਕੱਢੇ ਜੀ ਪੂਰੇ 5 ਸਾਲ ਕੱਢੇ ਤਾਂ ਕਿ ਪੰਜਾਬ ਦੇ ਲੋਕਾਂ ਉੱਤੇ ਹੋਰ ਜ਼ਿਆਦਾ ਬੋਝ ਨਾ ਪਵੇ ਇਸ ਕਰਕੇ ਵੋਟਰਸ ਨੂੰ ਚਾਹੀਦਾ ਸੋਚ ਸਮਝ ਕੇ ਆਪਣੀ ਵੋਟ ਦਾ ਐਕਸਰਸਾਈਜ਼ ਕਰੋ ਤਾਂ ਕਿ ਜਿਹੜੀ ਵੀ ਸਰਕਾਰ ਆਵੇ ਪੂਰੇ 5 ਸਾਲ ਪੂਰੇ ਕਰੇ ਤੇ ਸਾਡੇ ਵਾਸਤੇ ਜ਼ਰੂਰ ਚੰਗੇ ਕੰਮ ਕਰੇ ਜਿਹੜੀ ਅਸੀਂ ਉਮੀਦ ਲਾ ਕੇ ਬੈਠੇ ਹੋਏ ਆ ਐਸੇ ਸਿਆਸੀ ਆਗੂ ਸਾਹਮਣੇ ਆਉਣ ਐਸੀਆਂ ਸਿਆਸੀ ਪਾਰਟੀਆਂ ਸਾਹਮਣੇ ਆਉਣ ਜੋ ਸਾਡੇ ਸੁਪਨੇ ਪੂਰੇ ਕਰਨ ਕਿਉਂਕਿ ਪੰਜਾਬ ਦੇ ਲੋਕਾਂ ਦੇ ਸੁਪਨੇ ਜਦੋਂ ਮਰ ਜਾਂਦੇ ਨੇ ਨਾ ਕਿਸੇ ਵੀ ਇਲਾਕੇ ਦੇ ਲੋਕਾਂ ਦੇ ਸੁਪਨੇ ਜਦੋਂ ਮਰ ਜਾਂਦੇ ਨੇ ਤਾਂ ਜੀਵਨ ਵਿੱਚੋਂ ਸਾਰਾ ਰਸ ਖਤਮ ਹੋ ਜਾਂਦਾ ਇਸ ਕਰਕੇ ਜੀਉਣਾ ਚਾਹੁੰਦੇ ਆ ਅਸੀਂ ਸਾਰੇ ਤਾਂ ਸਾਡੇ ਸੁਪਨੇ ਸਾਕਾਰ ਕਰੋ ਸਾਡੇ ਵਾਸਤੇ ਕੰਮ ਕਰੋ ਐਸੇ ਆਗੂ ਐਸੀਆਂ ਪਾਰਟੀਆਂ ਸਾਹਮਣੇ ਆਉਣ ਜੋ ਸਾਡੇ ਲਈ ਕੰਮ ਕਰਨ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲਈ ਅਸੀਂ ਪੰਜਾਬ ਦੇ ਲੋਕ ਇੱਕ ਗੱਲ ਜ਼ਰੂਰ ਸੋਚਦੇ ਆ ਕਿ ਅਸੀਂ ਜਿਵੇਂ ਚੁਣ ਕੇ ਕਿਸੇ ਨੂੰ ਸਿਆਸਤ ਦੇ ਵਿੱਚ ਬਿਠਾਉਨੇ ਆ ਸਥਾਪਿਤ ਕਰਦੇ ਆ ਕਿਸੇ ਪਾਰਟੀ ਨੂੰ ਕਿਸੇ ਆਗੂ ਨੂੰ ਉਹਨੂੰ ਬਿਠਾ ਦਿੱਤਾ ਅਸੀਂ ਸੱਤਾ ਦੇ ਗਲਿਆਰੇ ਦੇ ਵਿੱਚ ਉਸ ਪਾਵਰ ਦੀ ਕੁਰਸੀ ਦੇ ਉੱਤੇ ਤੇ ਉਹਨੂੰ ਕਿਹਾ ਬਈ ਅਸੀਂ ਉਹ ਕੰਮ ਜਿਹੜੇ ਚਤਤੋਂ ਚਾਹੁੰਦੇ ਆ ਤੂੰ ਉਹ ਕੰਮ ਕਰ ਤੇ ਉਹ ਜੇ ਕੰਮ ਨਹੀਂ ਕਰਦਾ ਤੇ ਸਾਡੇ ਕੋਲ ਇੱਕ ਰਾਈਟ ਹੋਣਾ ਚਾਹੀਦਾ ਜਿੱਦਾਂ ਇਲੈਕਸ਼ਨਸ ਦੇ ਵਿੱਚ ਸਾਡੇ ਕੋਲ ਨੋਟਾ ਦਾ ਰਾਈਟ ਹੈ ਨਾ ਕਿ ਨਨ ਆਫ ਦੀ ਅਬੋਵ ਤਾਂ ਉਸੇ ਤਰ੍ਹਾਂ ਹੀ ਸਾਡੇ ਕੋਲ ਰਾਈਟ ਟੂ ਰਿਕਾਲ ਵੀ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਕੰਮ ਨਹੀਂ ਕਰਦਾ ਸਾਡੇ ਮੁਤਾਬਿਕ ਨਹੀਂ ਚੱਲਦਾ ਆਪਣੀ ਮਨਮਰਜ਼ੀ ਕਰਦਾ ਤੇ ਉਹਨੂੰ ਰਾਈਟ ਟੂ ਰਿਕਾਲ ਹੋਣਾ ਚਾਹੀਦਾ ਕਿ ਅਸੀਂ ਉਹਨੂੰ ਵਾਪਸ ਬੁਲਾ ਸਕੀਏ ਉਸ ਤੋਂ ਬਰਖਾਸਤ ਕਰ ਸਕੀਏ ਇਹ ਤਲਵਾਰ ਉਸ ਉਮੀਦਵਾਰ ਦੇ ਉਸ ਸਿਆਸੀ ਆਗੂ ਦੇ ਸਿਰ ਦੇ ਉੱਤੇ ਹਮੇਸ਼ਾ ਲਟਕਦੀ ਰਹਿਣੀ ਚਾਹੀਦੀ ਹੈ ਜੋ ਤਲਵਾਰ ਜਨਤਾ ਦੇ ਹੱਥ ਵਿੱਚ ਹੋਵੇ ਕਿ ਕਿਸੇ ਵਕਤ ਵੀ ਇਹ ਸਾਨੂੰ ਇਸ ਸੱਤਾ ਤੋਂ ਬਾਹਰ ਕੱਢ ਸਕਦੇ ਨੇ ਸਾਨੂੰ ਡਿਸਮਿਸ ਕਰਵਾ ਸਕਦੇ ਨੇ ਜਿਹੜੀ ਪਾਵਰ ਇਹ ਸਾਨੂੰ ਦਿੰਦੇ ਨੇ ਉਸ ਪਾਵਰ ਨੂੰ ਵਾਪਸ ਵੀ ਲੈ ਸਕਦੇ ਨੇ ਇਹ ਰਾਈਟ ਟੂ ਰਿਕਾਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਸਾਨੂੰ ਹੱਕ ਮਿਲਣਾ ਚਾਹੀਦਾ ਪੰਜਾਬ ਦੇ ਨਾਗਰਿਕਾਂ ਨੂੰ ਸਾਰੇ ਨਾਗਰਿਕਾਂ ਨੂੰ ਲੋਕਤੰਤਰ ਦੇ ਵਿੱਚ 23 ਵਕਤ ਜਿਹੜੀਆਂ ਸੀਟਾਂ ਨੇ ਉਹ ਸੀਟਾਂ ਇਹ ਨੇ ਜੀ ਕਿ ਮਾਲਵਾ ਦੇ ਵਿੱਚ 69 ਸੀਟਾਂ ਨੇ ਤੇ ਦੁਆਬਾ ਦੇ ਵਿੱਚ 23 ਸੀਟਾਂ ਨੇ ਤੇ ਮਾਝੇ ਦੇ ਵਿੱਚ 25 ਸੀਟਾਂ ਨੇ ਤੇ ਕੁੱਲ ਮਿਲਾ ਕੇ 117 ਸੀਟਾਂ ਨੇ ਤੇ 20 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਤੇ 10 ਮਾਰਚ ਨੂੰ ਆਉਣਾ ਹੈ ਰਿਜ਼ਲਟ ਜਿਹੜਾ ਨਤੀਜਾ ਕੱਢਣਾ ਤਾਂ ਇਨਾਂ ਸਾਰੀਆਂ ਸੀਟਾਂ ਵਾਸਤੇ ਵੱਖੋ ਵੱਖ ਪਾਰਟੀਆਂ ਆਪਣੇ ਆਪਣੇ ਨੁਮਾਇੰਦਿਆਂ ਦਾ ਐਲਾਨ ਕਰ ਰਹੀਆਂ। ਕਾਂਗਰਸ ਪਾਰਟੀ ਦੀ ਲਿਸਟ ਬਣਦੀ ਹੈ ਕੈਨਸਲ ਹੁੰਦੀ ਹੈ ਲਿਸਟ ਬਣਦੀ ਹੈ ਕੈਨਸਲ ਹੁੰਦੀ ਹੈ ਆਪਸ ਦੇ ਵਿੱਚ ਹੀ ਧੜੇਬਾਜ਼ੀ ਚੱਲਦੀ ਪਈ ਹੈ ਆਪਸ ਦੇ ਵਿੱਚ ਮਨਮਟਾਵ ਝਗੜੇ ਚੱਲਦੇ ਪਏ ਨੇ ਕੋਈ ਸੀਐਮ ਨੂੰ ਲੈ ਕੇ ਲੜਦਾ ਪਿਆ ਤੇ ਕੋਈ ਟਿਕਟ ਨੂੰ ਲੈ ਕੇ ਲੜਦਾ ਪਿਆ ਕੋਈ ਸੈਟੀਸਫਾਈ ਨਹੀਂ ਹੈ ਸੰਤੁਸ਼ਟ ਨਹੀਂ ਹੈ ਉਹ ਦੂਜੀ ਪਾਰਟੀ 'ਚ ਜਾਣਾ ਚਾਹੁੰਦਾ ਕਿ ਮੈਨੂੰ ਟਿਕਟ ਨਹੀਂ ਮਿਲਦੀ ਪਈ ਤਾਂ ਇਹ ਆਪਸ ਦੀਆਂ ਜਿਹੜੀਆਂ ਗੱਲਾਂ ਨੇ ਮਨਮਟਾਵ ਨੇ ਪਾਰਟੀ ਦੀ ਇਮੇਜ ਵੀ ਖਰਾਬ ਹੋ ਰਹੀ ਹੈ ਤੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਵਿਸ਼ਵਾਸ ਵੀ ਟੁੱਟ ਰਿਹਾ ਹੈ ਕਿ ਇਹਨਾਂ ਦੇ ਆਪਣੇ ਝਗੜੇ ਨਹੀਂ ਸੋਲਵ ਹੁੰਦੇ ਸਾਡੇ ਵਾਸਤੇ ਕੀ ਕਰਨਗੇ ਬੀਜੇਪੀ ਕੀ ਕਰ ਰਹੀ ਆ ਉਸਨੇ ਕੈਪਟਨ ਸਾਹਿਬ ਨਾਲ ਵੀ ਹੱਥ ਮਿਲਾਇਆ ਹੋਇਆ ਢਿੰਡਾ ਸਾਹਿਬ ਨਾਲ ਵੀ ਹੱਥ ਮਿਲਾਇਆ ਹੋਇਆ ਹੋਰ ਵੀ ਕਈ ਪਾਰਟੀਆਂ ਨੇ ਜਿਨ੍ਹਾਂ ਨਾਲ ਹੱਥ ਮਿਲਾ ਕੇ ਉਹ ਲੜਨਾ ਚਾਹੁੰਦੇ ਨੇ ਇਲੈਕਸ਼ਨਸ ਕਿਉਂ ਮਜਬੂਰੀ ਹੈ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੱਲੇ-ਕੱਲੇ ਰਹਿ ਕੇ ਉਹ ਚੀਜ਼ ਕਾਇਮ ਨਹੀਂ ਕਰ ਸਕਦੇ ਜੋ ਚੀਜ਼ ਚਾਹੀਦੀ ਹੈ ਕਿਹੜਾ ਜਾਦੂ ਜਿਹੜਾ ਜਾਦੂ ਚਾਹੀਦਾ ਹੈ ਇਲੈਕਸ਼ਨਸ ਦੇ ਵਿੱਚ ਜਿੱਤਣ ਵਾਸਤੇ ਅਸੀਂ ਦੂਜੀਆਂ ਪਾਰਟੀਆਂ ਨਾਲ ਹੱਥ ਮਿਲਾ ਗਏ ਇਹ ਇਲੈਕਸ਼ਨਸ ਜਿੱਤ ਸਕਦੇ ਆ ਤਾਂ ਉਹ ਦੂਜੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਤੋੜਨ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ ਕਿ ਆਪਣੀ ਪਾਰਟੀ ਵੱਲ ਲੈ ਕੇ ਆਈਏ ਤੇ ਆਪਣੇ ਚਿਹਰੇ ਪੂਰੇ ਕਰੀਏ ਕਿਉਂਕਿ 117 ਸੀਟਾਂ ਦੇ ਉੱਤੇ 117 ਬੰਦੇ ਉਹ ਲੱਭਣੇ ਜਿਹੜੇ ਵੋਟਾਂ ਵਿੱਚ ਜਿੱਤ ਸਕਣ ਜਿਹੜੇ ਵੋਟਾਂ ਨੂੰ ਖਿੱਚ ਸਕਣ ਜਿਹੜੇ ਸੱਤਾ ਵਿੱਚ ਆਉਣ ਵਿੱਚ ਸਹਾਇਤਾ ਕਰ ਸਕਣ ਉਹ ਚਿਹਰੇ ਲੱਭਣੇ ਖਾਲਾ ਜੀ ਦਾ ਬਾੜਾ ਨਹੀਂ ਹੈ ਬਹੁਤ ਮੁਸ਼ਕਲ ਕੰਮ ਹੈ ਇਸ ਕਰਕੇ ਉਹ ਆਪਣੇ ਸਮੀਕਰਨ ਬਣਾਉਣ ਚ ਲੱਗੀ ਹੋਈ ਹੈ ਆਪਣੇ ਜਮ੍ਹਾਂ ਘਟਾਓ ਕਰਨ ਚ ਲੱਗੇ ਹੋਈ ਆ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਠੀਕ ਹੈ ਭਗਵੰਤ ਮਾਨ ਸਾਹਿਬ ਨੂੰ ਕੋਸ਼ਿਸ਼ ਕਰ ਦਿੱਤਾ ਗਿਆ ਚਿਹਰਾ ਫਿਰ ਵੀ ਕੇਜਰੀਵਾਲ ਸਾਹਿਬ ਜਾਣਦੇ ਨੇ ਕਿ ਜਿਹੜਾ ਜਾਦੂ ਦਿੱਲੀ ਦੇ ਵਿੱਚ ਚਲਾਇਆ ਜਾਂ ਚੰਡੀਗੜ੍ਹ ਦੇ ਵਿੱਚ ਚਲਾਇਆ ਉਹ ਪੰਜਾਬ ਦੇ ਵਿੱਚ ਚਲਣਾ ਥੋੜਾ ਔਖਾ ਕਿਉਂਕਿ ਦਿੱਲੀ ਯੂਨੀਅਨ ਟੈਰੀਟਰੀ ਆ ਚੰਡੀਗੜ੍ਹ ਵੀ ਯੂਨੀਅਨ ਟੈਰੀਟਰੀ ਹੈ ਸੇਮ ਮੈਥਡ ਸੇਮ ਫਾਰਮੂਲਾ ਪੰਜਾਬ ਸੂਬੇ ਦੇ ਵਿੱਚ ਨਹੀਂ ਲਾਗੂ ਹੋ ਸਕਦਾ ਕਿਉਂਕਿ ਪੰਜਾਬ ਦੇ ਸਾਰੇ ਲੋਕਾਂ ਦਾ ਮਨ ਪੜਨਾ ਮਨ ਕੁਝ ਹੋਰ ਕਹਿੰਦਾ ਉਹਨਾਂ ਦਾ ਉਹਨੂੰ ਡਿਟੇਲ 'ਚ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਹੀਂ ਤੁਸੀਂ ਵੋਟਾਂ ਦੀ ਰਾਜਨੀਤੀ ਖੇਡ ਸਕਦੇ ਹੋ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਗੇੜੇ ਲਾ ਰਹੀ ਆ ਔਰ ਗੇੜੇ ਤੇ ਗੇੜਾ ਲੱਗਦਾ ਪਿਆ ਇੱਕ ਚੀਜ਼ ਦੇਖਣੀ ਜ਼ਰੂਰੀ ਆ ਕਿ ਹੁਣ ਭਗਵੰਤ ਮਾਨ ਸਾਹਿਬ ਨੂੰ ਜ਼ਰੂਰ ਚਿਹਰਾ ਐਲਾਨ ਦਿੱਤਾ ਉਹਨਾਂ ਨੇ ਸੀਐਮ ਸਾਹਿਬ ਦਾ ਲੇਕਿਨ ਜਿੱਥੇ ਵੀ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ ਜਿੱਥੇ ਵੀ ਕੋਈ ਮੀਟਿੰਗ ਹੁੰਦੀ ਹੈ ਕੇਜਰੀਵਾਲ ਸਾਹਿਬ ਆਪ ਨਾਲ ਬੈਠੇ ਹੁੰਦੇ ਨੇ ਭਗਵੰਤ ਮਾਨ ਜੀ ਤੇ ਪਤਾ ਨਹੀਂ ਕਿਉਂ ਬੈਠੇ ਹੁੰਦੇ ਨੇ ਹਾਂ ਚਲੋ ਸੁਪਰੀਮੋ ਨੇ ਪਾਰਟੀ ਦੇ ਅਸੀਂ ਇਹ ਚੀਜ਼ ਮੰਨ ਲੈਂਦੇ ਆ ਪਰ ਫਿਰ ਵੀ ਲੱਗਦਾ ਕਿਤੇ ਨਾ ਕਿਤੇ ਮਾਨ ਸਾਹਿਬ ਦੇ ਉੱਤੇ ਪ੍ਰਭਾਵ ਤਾਂ ਜ਼ਰੂਰ ਪੈਂਦਾ ਹੋਏਗਾ ਕਿਉਂਕਿ ਕੇਜਰੀਵਲ ਜ਼ਬ ਇਹ ਚੀਜ਼ ਪਸੰਦ ਨਹੀਂ ਕਰਦੇ ਕਿ ਕੋਈ ਬੰਦਾ ਉਹਨਾਂ ਦੀ ਅੱਖੇ ਚ ਅੱਖ ਪਾ ਕੇ ਗੱਲ ਕਰੇ ਕਿਸੇ ਨੇ ਵੀ ਇਹ ਕੋਸ਼ਿਸ਼ ਕੀਤੀ ਉਹਨੂੰ ਫੌਰਨ ਬਦਲ ਦਿੰਦੇ ਨੇ ਪਾਰਟੀ ਵਿੱਚੋਂ ਕਈ ਲੋਕਾਂ ਨੇ ਜੁਆਇਨ ਕੀਤਾ ਅੱਜ ਲੋਕ ਕਿੱਥੇ ਨੇ ਕਿਸੇ ਨੂੰ ਕੁਝ ਨਹੀਂ ਪਤਾ ਵਕ ਵਕ ਥਾਵਾਂ ਤੇ ਨਿਕਲ ਗਏ ਵਕ ਵਕ ਰਾਹਾਂ ਤੇ ਨਿਕਲ ਗਏ ਪਰ ਇਸ ਸਵਗਤ ਸਮੀਕਰਨ ਇਹ ਬਣਿਆ ਹੋਇਆ ਕਿ ਸਾਰੀ ਵਾਗਡੋਰ ਸਾਰੀ ਲਗਾਮ ਕੇਜਰੀਵਾਲ ਸਾਹਿਬ ਆਪਣੇ ਹੱਥੇ ਚ ਰੱਖਣਾ ਚਾਹੁੰਦੇ ਨੇ ਤੇ ਬਾਕੀ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਇਨਸਾਨ ਨੇ ਸੀਐਮ ਸਾਹਿਬ ਵਾਸਤੇ ਅੱਗੇ ਵਧਦੇ ਪਹਿਲੇ ਹਾਂ ਇੱਕ ਮੀਟਿੰਗ ਦੇ ਵਿੱਚ ਉਹਨਾਂ ਨੇ ਹਰੇ ਪੈਨ ਦੀ ਸਿਆਹੀ ਦਾ ਜ਼ਰੂਰ ਜ਼ਿਕਰ ਕੀਤਾ ਸੀ ਕਿ ਇੱਕ ਹਰੇ ਪੈਨ ਨਾਲ ਹਰੇ ਪੈੰਦੀ ਸਿਆਈ ਨਾਲ ਹਾਂ ਹਰੀ ਸਿਆਈ ਨਾਲ ਯੈਸ ਹਰੀ ਸਿਆਈ ਨਾਲ ਸਿਗਨੇਚਰ ਕਰਨ ਦਾ ਜ਼ਰੂਰ ਜ਼ਿਕਰ ਕੀਤਾ ਸੀ ਉਹ ਬਚਪਨ ਦੇ ਵਿੱਚ ਵੀ ਅਸੀਂ ਦੇਖਦੇ ਹੁੰਦੇ ਸੀ ਨਾ ਸਾਡੀਆਂ ਕਾਪੀਆਂ ਦੇ ਉੱਤੇ ਜਦੋਂ ਸਾਡੀ ਟੀਚਰਸ ਮਾਰਕਸ ਦਿੰਦੀ ਸੀ ਹਰੇ ਪੈਨ ਦੇ ਨਾਲ ਤਾਂ ਉਹਦਾ ਇੱਕ ਅਲੱਗ ਜਾਦੂ ਹੁੰਦਾ ਸੀ ਸਪੈਸ਼ਲ ਕੇਸ ਹੁੰਦੇ ਸੀ ਉਹ ਜਿਹਦੇ ਵਿੱਚ ਉਹਨਾਂ ਦੇ ਰਿਮਾਰਕਸ ਮਿਲਦੇ ਸੀ ਖੈਰ ਉਹਨਾਂ ਦਾ ਆਪਣਾ ਮਨ ਹੈ ਉਹ ਬਚਪਨ ਦੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਕਦੇ-ਕਦੇ ਜਦੋਂ ਰਿਪੋਰਟ ਕਾਰਡ ਹੱਥੇ ਚੋਂਦਾ ਕਿਉਂਕਿ ਇੱਥੇ ਵੀ ਰਿਪੋਰਟ ਕਾਰਡ ਦੇਣਾ ਪੈਂਦਾ ਨਾ ਪੂਰੇ ਪੰਜਾਬ ਦੇ ਵਸੀਆਂ ਨੂੰ ਤਾਂ ਆਪਾਂ ਅੱਗੇ ਵਧੀਏ ਅਕਾਲੀ ਪਾਰਟੀ ਉਹ ਆਲਮੋਸਟ ਆਪਣੇ ਸਾਰੇ ਨੁਮਾਇੰਦੇ ਆਪਣੇ ਸਾਰੇ ਉਮੀਦਵਾਰ ਕੋਸ਼ਿਦ ਕਰ ਚੁੱਕੀ ਹੈ ਬਿਲਕੁਲ ਅੱਜ ਤੇ ਆ ਬਿਲਕੁਲ ਫਰਸਟ ਹੈ ਹਾਂ ਆਮ ਆਦਮੀ ਪਾਰਟੀ ਵੀ ਕਾਫੀ ਹੱਦ ਤੱਕ ਉਹਦੇ ਪਿੱਛੇ ਪਿੱਛੇ ਹੀ ਹੈ ਤੇ ਬਾਕੀ ਰਹੀਆਂ ਦੂਜੀਆਂ ਪਾਰਟੀਆਂ ਕਾਂਗਰਸ ਦੀ ਗੱਲ ਆਪਾਂ ਕਰ ਲਈ ਅਕਾਲੀ ਸਿੱਤ ਗੱਲ ਕਰ ਲਈ ਤੇ ਨਾਲ ਆਪਾਂ ਗੱਲ ਕੀਤੀ ਆ ਭਾਜਪਾ ਦੇ ਤੇ ਨਾਲ ਆਪਾਂ ਗੱਲ ਕੀਤੀ ਆ ਆਵਾਦਮੀ ਪਾਰਟੀ ਦੀ ਤੇ ਇੱਕ ਤਾਂ ਆਪਣੇ ਕਿਸਾਨ ਪਰਾ ਰਹਿ ਗਏ ਜਿਨ੍ਹਾਂ ਨੇ ਆਪਣੀ ਨਵੀਂ ਸਿਆਸੀ ਪਾਰਟੀ ਬਣਾਈ ਆ ਉਹ ਵੀ ਕਾਫੀ ਜਦੋ ਜਹਿਦ ਚ ਲੱਗੇ ਹੋਏ ਨੇ ਕਿ ਕਿਸੇ ਤਰ੍ਹਾਂ ਚੇਰੇ ਪੂਰਾ ਕਰੀਏ ਕਿਉਂਕਿ ਐਲਾਨ ਤਾਂ ਕਰ ਦਿੱਤਾ ਕਿ 117 ਸੀਟਾਂ ਦੇ ਉੱਤੇ ਅਸੀਂ ਇਲੈਕਸ਼ਨ ਲੜਾਂਗੇ ਪਰ ਕਿਵੇਂ ਲੜਨੀਆਂ ਨੇ ਇਹ ਵਿਚਾਰਨ ਦੀ ਗੱਲ ਆ ਕਿਉਂਕਿ ਬਹੁਤ ਵੱਡਾ ਸਟਰਕਚਰ ਚਾਹੀਦਾ ਪਾਰਟੀ ਫੰਡ ਚਾਹੀਦਾ ਹੈ ਕਾਰਕੁਨ ਚਾਹੀਦੇ ਨੇ ਉਹ ਸੁਪਰੀਮ ਤੋਂ ਲੈ ਕੇ ਥੱਲੇ VOTING BOOTH ਤੱਕ ਚਾਹੀਦੇ ਨੇ ਥਾਂ-ਥਾਂ ਤੇ ਬੰਦੇ ਬੈਠੇ ਹੋਣ ਨਾ ਜਦੋਂ ਲੋਕ ਵੋਟਾਂ ਪਾਣ ਚੱਲੇ ਨੇ ਉਹਨਾਂ ਨੂੰ ਵੀ ਕਹਿਣਾ ਪਏਗਾ ਕਿ ਸਾਨੂੰ ਵੋਟ ਦਿਓ ਕਿਸਾਨਾਂ ਦੇ ਹੱਕ ਵਿੱਚ ਵੋਟ ਪੁਕਤਾਓ ਉਹ ਲੋਕ ਵੀ ਚਾਹੀਦੇ ਨੇ ਇਹ ਪੂਰੀ ਦੀ ਪੂਰੀ ਟੀਮ ਚਾਹੀਦੀ ਹੈ ਕਿਉਂਕਿ ਇਲੈਕਸ਼ਨ ਲੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਬੜੀ ਟੇਢੀ ਖੀਰ ਹੈ ਤੇ ਇਲੈਕਸ਼ਨ ਜਿੱਤਣਾ ਉਸ ਤੋਂ ਵੀ ਵੱਧ ਟੇਡਾ ਕੰਮ ਹੈ ਤੇ ਇਲੈਕਸ਼ਨ ਜਿੱਤਣ ਤੋਂ ਬਾਅਦ ਸਰਕਾਰ ਬਣਾਉਣਾ ਤਾਂ ਬਹੁਤ ਹੀ ਟੇਡਾ ਕੰਮ ਹੈ ਤੇ ਸਰਕਾਰ ਬਣਾ ਕੇ ਸਰਕਾਰ ਚਲਾਉਣਾ ਉਹ ਉਸ ਤੋਂ ਵੀ ਟੇਡਾ ਕੰਮ ਹੈ ਤੇ ਸਰਕਾਰ ਐਦਾਂ ਚਲਾਓ ਕਿ ਲੋਕਾਂ ਦੇ ਮਨ ਵਿੱਚ ਉੱਤਰ ਜਾਓ ਇਹ ਤੇ ਫਿਰ ਸਭ ਤੋਂ ਮੁਸ਼ਕਲ ਕੰਮ ਹੈ ਉਹਨੇ ਸਾਰੇ ਮੁਸ਼ਕਲ ਕੰਮ ਸਹੇੜਤਾ ਲਏ ਨੇ ਕਿਸਾਨ ਆਗੂਆਂ ਨੇ ਹੁਣ ਦੇਖੋ ਕਿੰਨੇ ਕਾਮਯਾਬ ਹੁੰਦੇ ਨੇ ਤੇ ਲੋਕ ਕਿੰਨਾਕ ਸਾਥ ਦਿੰਦੇ ਨੇ ਹਾਂ ਲੋਕਾਂ ਨੇ ਕਿਸਾਨ ਅੰਦੋਲਨ ਦਾ ਪੂਰਾ ਸਾਥ ਦਿੱਤਾ ਹੁਣ ਕਿਸਾਨਾਂ ਦੀ ਸਿਆਸਤ ਦਾ ਕਿੰਨਾਕ ਸਾਥ ਦੇਣਗੇ ਇਹ ਤੇ 10 ਮਾਰਚ ਨੂੰ ਆਉਣ ਵਾਲਾ ਨਤੀਜਾ ਦੱਸੇਗਾ ਸਾਧੂ ਬਹੁਤ ਖੁਸ਼ੀ ਹੈ ਕਿ ਤੁਸੀਂ ਚੋਣ ਦੰਗਲ ਦਾ ਹਿੱਸਾ ਬਣੇ ਇਸੇ ਤਰ੍ਹਾਂ ਹੀ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਤੇ ਆਪਣੇ ਬਣਦੇ ਵਿਚਾਰ ਰਿਮਾਰਕਸ ਜ਼ਰੂਰ ਪਾਇਆ ਕਰੋ ਜਦੋਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਬਸਕ੍ਰਾਈਬ ਕਰਦੇ ਹੋ ਸਾਡੇ ਟੀਵੀ ਚੈਨਲ ਨੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸੇ ਤਰ੍ਹਾਂ ਹੀ ਪੰਜਾਬ ਮੇਲ ਦਾ ਹਿੱਸਾ ਬਣੇ ਰਹੋ ਸਤਿ ਸ੍ਰੀ ਅਕਾਲ ਜੀ